ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਕੈਨੇਡਾ ਤੋਂ ਬਹੁਤ ਚੰਗੀਆਂ ਚੰਗੀਆਂ ਖਬਰਾਂ, ਦਿਲ ਖੁਸ਼ ਕਰਨ ਵਾਲੀਆਂ ਖਬਰਾਂ ਵੀ ਆ ਰਹੀਆਂ ਨੇ। ਔਰ ਕੈਨੇਡਾ ਦੇ ਵਿੱਚ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਹੜੇ ਰੱਜ ਕੇ ਡਾਲਰ ਕਮਾ ਰਹੇ ਨੇ, ਪੜ੍ਹਾਈ ਵੀ ਕਰ ਰਹੇ ਨੇ। ਅਜਿਹੇ ਵਿਦਿਆਰਥੀ ਵੀ ਨੇ ਜਿਹੜੇ ਪੜ੍ਹਾਈਆਂ ਛੱਡ ਰਹੇ ਨੇ, ਕੰਮ ਕਰ ਰਹੇ ਨੇ, ਨਾ ਪੜ੍ਹਾਈ ਮੁਕੰਮਲ ਕਰ ਪਾ ਰਹੇ ਨੇ, ਨਾ ਕੰਮ 'ਚ ਅੱਗੇ ਵੱਧ ਪਾ ਰਹੇ ਨੇ। ਹੁਣ ਕੈਨੇਡਾ 'ਚ ਬਹੁਤ ਤਰ੍ਹਾਂ ਦੇ ਕੰਮ ਨੇ ਜਿਹੜੇ ਵਿਦਿਆਰਥੀ ਕਰ ਸਕਦੇ ਨੇ, ਬਹੁਤ ਸਧਾਰਨ ਕੰਮ ਵੀ ਨੇ ਜਿਹੜੇ ਵਿਦਿਆਰਥੀ ਕਰ ਸਕਦੇ ਨੇ, ਪਰ ਬਹੁਤ ਸਾਰੇ ਵਿਦਿਆਰਥੀ ਕੰਮ ਦੀ ਆਦਤ ਪਾਉਣ 'ਚ ਅਸਫਲ ਹੋ ਰਹੇ ਨੇ। ਇਹ ਸਾਰੀਆਂ ਗੱਲਾਂ, ਕੈਨੇਡਾ ਦੀਆਂ ਚੰਗੀਆਂ ਗੱਲਾਂ, ਵਿਦਿਆਰਥੀਆਂ ਦੀਆਂ ਕਮੀਆਂ ਵੀ ਡਿਸਕਸ ਕਰਨੀਆਂ ਜ਼ਰੂਰੀ ਨੇ। ਅਸੀਂ ਸਿਰਫ ਇਹ ਕਹਿ ਦਈਏ ਕਿ ਇੰਡੀਆ ਮਾੜਾ ਜਾਂ ਕੈਨੇਡਾ ਮਾੜਾ, ਇਹਦੇ ਨਾਲ ਗੱਲ ਨਹੀਂ ਬਣਨੀ। ਸਾਡੇ ਵਿਦਿਆਰਥੀਆਂ ਦੇ ਵਿੱਚ ਵੀ ਕੁਝ ਕਮੀਆਂ ਨੇ, ਵਿਦਿਆਰਥੀਆਂ ਨੂੰ ਵੀ ਉਹ ਕਮੀਆਂ ਦੂਰ ਕਰਨੀਆਂ ਪੈਣਗੀਆਂ, ਔਰ ਸਾਡੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਆਪਣੇ ਵਿਦਿਆਰਥੀਆਂ ਨੂੰ ਗਾਈਡ ਕਰਨਾ ਪਏਗਾ, ਕਿਉਂਕਿ ਕੰਮ ਤਾਂ ਹਰ ਕਿਸੇ ਨੂੰ ਕਰਨਾ ਪੈਂਦਾ, ਭਾਵੇਂ ਇੰਡੀਆ ਭਾਵੇਂ ਕੈਨੇਡਾ। ਭਾਟੀਆ ਸਾਹਿਬ, ਤੁਸੀਂ ਲਗਾਤਾਰ ਕੈਨੇਡਾ ਦੇ ਸੰਪਰਕ 'ਚ ਵੀ ਹੋ, ਕੈਨੇਡਾ ਤੋਂ ਖਬਰਾਂ ਵੀ ਤੁਹਾਡੇ ਕੋਲ ਲਗਾਤਾਰ ਆ ਰਹੀਆਂ ਨੇ। ਹੁਣ ਵੀ ਮੈਂ ਦੇਖ ਰਿਹਾ ਸੀ ਕਈ ਵਿਦਿਆਰਥੀਆਂ ਨੇ ਚੰਗੇ ਕੰਮ ਕਰਨ ਵਾਲਿਆਂ ਨੇ ਰੀਲਾਂ ਬਣਾ ਕੇ ਭਾਟੀਆ ਜੀ ਨੂੰ ਭੇਜੀਆਂ, ਹੁਣ ਵੀ ਭਾਟੀਆ ਸਾਹਿਬ ਉਹ ਰੀਲਾਂ ਦੇਖ ਰਹੇ ਨੇ। ਭਾਟੀਆ ਸਾਹਿਬ, ਮੈਨੂੰ ਦੱਸੋ ਕਿਹੜੇ ਕਿਹੜੇ ਮੁੰਡੇ ਕਾਮਯਾਬ ਨੇ ਅਤੇ ਕਿਹੜੇ ਫੇਲ ਹੋ ਰਹੇ ਨੇ ਮੁੰਡੇ ਨੂੰ? ਹੋਰ ਵੀ ਐਡ ਕਰਨਾ ਚਾਹਾਂਗਾ, ਕੁਛ ਇੱਦਾਂ ਦੇ ਬੱਚੇ ਵੀ ਹੈਗੇ ਆ ਜਿਹੜੇ ਇਨੀਸ਼ੀਅਲੀ ਬ੍ਰੇਕ ਹੋ ਰਹੇ ਆ ਔਰ ਉਹ ਇੰਡੀਆ ਵਾਪਸ ਵੀ ਆ ਰਹੇ ਨੇ, ਜਿਹਨੂੰ ਆਪਾਂ ਇੱਕ ਨਾਮ ਦੇ ਰਹੇ ਹਾਂ ਕਿ ਰਿਵਰਸ ਇਮੀਗ੍ਰੇਸ਼ਨ ਦਾ ਵੀ ਜਾਂ ਰਿਵਰਸ ਇੱਦਾਂ ਦਾ ਵੀ, ਜਿਨ੍ਹਾਂ ਨੂੰ ਲੱਗਦਾ ਕਿ ਇੱਥੇ ਰਹਿਣਾ ਬੜਾ ਔਖਾ ਹੈ। ਸੋ ਜਿਵੇਂ ਮੈਂ ਕਹਾਂਗਾ ਕਿ ਜਦੋਂ ਇੱਥੇ ਪੇਰੈਂਟਸ ਹੈ ਨਾ ਆਪਣੇ ਸਿਰ 'ਤੇ, ਤਾਂ ਅਸੀਂ ਕੁਛ ਨਹੀਂ ਕਰਨਾ ਚਾਹੁੰਦੇ। ਸਾਨੂੰ ਲੱਗਦਾ ਕਿ ਸਾਡਾ ਘਰ ਆਪਣਾ, ਮਾਂ ਪਿਓ ਸਾਨੂੰ ਰੋਟੀ ਦੇ ਦਿੰਦੇ ਆ, ਅਸੀਂ ਕੁਛ ਕਰਨਾ ਚਾਹੁੰਦੇ ਹੀ ਨਹੀਂ। ਉੱਥੇ ਜਾ ਕੇ ਜਦੋਂ ਬਹੁਤ ਹੀ ਔਖਾ ਸਮਾਂ ਦੇਖਦੇ ਹਾਂ ਅਸੀਂ, ਤਾਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ। ਸੋ ਜਦੋਂ ਜਾਂ ਤਾਂ ਕੁਛ ਸਿੱਖਣਾ ਚਾਹੁੰਦੇ ਹਾਂ, ਉਹ ਸਮਾਂ ਦੇਖ ਕੇ, ਔਖਾ ਸਮਾਂ ਦੇਖ ਕੇ ਅਸੀਂ ਕੁਛ ਸਿੱਖਣਾ ਚਾਹੁੰਦੇ ਹਾਂ, ਕੁਛ ਬਣਨਾ ਚਾਹੁੰਦੇ ਹਾਂ, ਨਾਲੇ ਸਾਨੂੰ ਪਤਾ ਹੁੰਦਾ ਕਿ ਜੇ 5 ਘੰਟੇ ਦੀ ਦਿਹਾੜੀ ਲਾਈ ਤਾਂ ਸਾਨੂੰ ਐਟ ਦਾ ਐਂਡ ਔਫ ਦਾ ਡੇ $100 ਮਿਲਣਾ, ਯਾਨੀ 6,000 ਰੁਪਈਆ, ਔਰ ਜੇ ਇੱਥੇ ਪੂਰਾ ਮਹੀਨਾ ਵੀ ਲਾ ਲਿਆ ਤਾਂ 6,000 ਨਹੀਂ ਮਿਲਣਾ। ਸੋ ਸਟੂਡੈਂਟਸ, ਇੱਕ ਚੀਜ਼ ਜ਼ਰੂਰੀ ਹੈਗੀ ਹੈ ਕਿ ਤੁਸੀਂ ਲਾਈਫ ਇਜ਼ ਰੀਅਲੀ ਟੱਫ, ਮੈਂ ਤਾਂ ਕਿਸੇ ਨੂੰ ਕਹਿੰਦਾ ਹੀ ਨਹੀਂ ਹੈਗਾ। ਮੈਂ ਜਦੋਂ ਵੀ ਕਿਸੇ ਦਾ ਵੀਜ਼ਾ ਆਉਂਦਾ ਨਾ, ਮੈਂ ਉਹਨੂੰ ਕਹਿੰਦਾ ਕਿ ਬੇਟਾ ਵੀਜ਼ਾ ਆਉਣ ਦੀ ਖੁਸ਼ੀ ਤਾਂ ਬਹੁਤ ਜ਼ਿਆਦਾ, ਬਟ ਵੀਜ਼ਾ ਲੱਗਣ ਤੋਂ ਬਾਅਦ ਜਿਹੜੀਆਂ ਪਰੇਸ਼ਾਨੀਆਂ ਸ਼ੁਰੂ ਹੁੰਦੀਆਂ ਨਾ, ਉਹ ਡਿਫੀਕਲਟ ਹੈ। ਜੇ ਤੁਸੀਂ ਉਹ ਸਹਿ ਗਏ, ਫਿਰ ਯੂ ਵਿਲ ਬਿਕਮ ਵੈਰੀ ਵੈਰੀ ਸਕਸੈਸਫੁਲ ਐਂਡ ਵੈਰੀ ਵੈਰੀ ਟੈਲੈਂਟਡ ਐਂਡ ਯੂ ਵਿਲ ਇੰਜੋਏ ਆਲਸੋ, ਬਿਕੋਜ਼ ਜੋ ਆਪੇ ਕਮਾ ਕੇ ਇੰਜੋਏ ਕਰਨ ਦਾ ਮਜ਼ਾ, ਉਹ ਹੋਰ ਕੋਈ ਨਹੀਂ ਹੈਗਾ। ਮੈਂ ਤਾਂ ਇੱਦਾਂ ਦੇ ਬੱਚੇ ਵੀ ਪਲੇਨ 'ਚ ਮਿਲਦਾ ਜਿਹੜੇ ਕਹਿੰਦੇ ਆ ਕਿ ਮੈਂ ਹੁਣੇ ਲਾਸ ਵੇਗਸ ਤੋਂ ਆਇਆ ਸਰ, ਘੁੰਮਣ ਗਿਆ ਸੀ ਵੇਗਸ 'ਚ, ਕਿਉਂਕਿ ਮੈਂ ਹੁਣੇ ਕੈਨੇਡੀਅਨ ਪਾਸਪੋਰਟ ਮੇਰਾ ਬਣਿਆ, ਤਾਂ ਮੈਂ ਸੋਚਿਆ ਵੇਗਸ ਘੁੰਮਾਂ ਵਾਂ, ਅਤੇ ਅਗਲੇ ਹਫ਼ਤੇ ਮੈਂ ਲੋਸ ਐਂਜਲਿਸ ਜਾਣਾ ਆਪਣੇ ਦੋਸਤਾਂ ਨਾਲ। ਮੈਂ ਕਹਾਂਗਾ ਕਿ ਇੱਦਾਂ ਦਾ ਲਾਈਫ ਸਟਾਈਲ ਤਾਂ ਕੀ ਕਹਿੰਦੇ ਆ ਆਪਣੇ ਇੱਥੇ ਦੇ ਬੱਚਿਆਂ ਦਾ ਹੈ ਹੀ ਨਹੀਂ। ਸਾਡੇ ਲਈ ਤਾਂ ਇੱਥੇ ਦੀ ਗੋਆ ਜਾਣਾ ਵੀ ਬੜੀ ਵੱਡੀ ਗੱਲ ਆ ਜੀ, 1-2 ਸਾਲ 5 ਸਾਲ 'ਚ ਇੱਕ ਵਾਰੀ ਗੋਆ ਜਾ ਆਈਏ ਤਾਂ ਬੜੀ ਵੱਡੀ ਗੱਲ ਹੋ ਜਾਂਦੀ ਹੈ। ਇਹੋ ਜਿਹੇ ਬੱਚੇ ਸਾਨੂੰ ਪਲੇਨ 'ਚ ਮਿਲਦੇ ਆ ਜਿਹੜੇ ਜਿਨ੍ਹਾਂ ਨੇ ਸਕਸੈਸਫੁਲ ਹੋਏ ਕੈਨੇਡਾ ਜਾ ਕੇ ਐਂਡ ਉਹ ਅੱਛਾ ਕਰ ਰਹੇ ਨੇ। ਔਰ ਇੱਦਾਂ ਦੇ ਵੀ ਮਿਲਦੇ ਆ ਜਿਹੜੇ ਕਹਿੰਦੇ ਕਿ ਸਰ 2 ਮਹੀਨੇ ਹੋ ਗਏ ਨੌਕਰੀ ਨਹੀਂ ਮਿਲੀ, ਔਰ ਹਲੇ ਵੀ ਕੋਸ਼ਿਸ਼ ਜਾਰੀ ਹੈ, ਜਲਦੀ ਮਿਲ ਜਾਏਗੀ। ਔਰ ਕੁਛ ਇੱਦਾਂ ਦੇ ਵੀ ਮਿਲਦੇ ਆ ਜਿਨ੍ਹਾਂ ਨੂੰ 15 ਦਿਨ ਹੋਏ ਆ ਪਹੁੰਚਿਆਂ ਨੂੰ, ਔਰ ਉਹ ਕਹਿੰਦੇ ਕਿ ਬਹੁਤ ਮਾੜੀ ਜਗ੍ਹਾ ਅਸੀਂ ਆ ਗਏ ਹਾਂ, ਕਿਉਂਕਿ ਬਹੁਤ ਔਖਾ ਇੱਥੇ ਰਹਿਣਾ, ਬਹੁਤ ਹੀ ਔਖਾ ਇੱਥੇ ਰਹਿਣਾ, ਕਿਉਂਕਿ ਉਹਨਾਂ ਨੇ ਇਹੋ ਜਿਹਾ ਸਰਕਲ 'ਚ ਉਹ ਆ ਗਏ ਜਿਹੜੇ ਸਰਕਲ ਨੇ ਉਹਨਾਂ ਨੂੰ ਡਰਾ ਦਿੱਤਾ, ਜਿਹੜੇ ਸਰਕਲ ਨੇ ਉਹਨਾਂ ਨੂੰ ਇੰਨਾ ਡਰਾ ਦਿੱਤਾ ਕਿ ਉਹ ਟੁੱਟ ਜਾਂਦੇ ਆ ਕਿ ਹੁਣ ਯਾਰ ਇਹਨਾਂ ਨੂੰ ਸਾਲ ਹੋ ਗਿਆ, ਇਹਨਾਂ ਨੇ ਕੁਛ ਨਹੀਂ ਕੀਤਾ ਅਤੇ ਮੈਂ ਜਾਵਾਂ ਵਾਪਸ। ਫਿਰ ਜਿਹੜੇ ਸਰਕਲ 'ਚ ਤੁਸੀਂ ਗਏ ਉਹ ਸਰਕਲ ਗਲਤ ਹੈ,
ਜੀ। ਸੋ ਆਪਣਾ ਸਰਕਲ ਚੇਂਜ ਕਰੋ। ਦੂਜੀ ਚੀਜ਼ ਹੈ, ਤੁਸੀਂ ਜਦੋਂ ਇੱਥੇ ਆਪਣੇ ਪੇਰੈਂਟਸ 'ਤੇ ਡਿਪੈਂਡੈਂਟ ਹੋ ਨਾ, ਉਹ ਸਾਰੀ ਜ਼ਿੰਦਗੀ ਡਿਪੈਂਡੈਂਟ ਰਹੋਗੇ, ਆਪੇ ਕੁਛ ਨਹੀਂ ਕਰ ਪਾਓਗੇ। ਜਦੋਂ ਤੁਸੀਂ ਆਪੇ ਕੁਛ ਕਰਨਾ ਚਾਹੁੰਦੇ ਹੋ ਤਾਂ ਆਪਾਂ ਇੱਥੋਂ ਨਿਕਲਣਾ ਚਾਹੁੰਦੇ ਹਾਂ। ਮੈਂ ਇੱਦਾਂ ਦੇ ਲੋਕ ਜਾਣਦਾ ਸਰ, ਜਿਹੜੇ 35-40 ਸਾਲ ਦੀ ਉਮਰ 'ਚ ਬਹੁਤ ਸੋਹਣੇ ਸੈਟਲਡ, ਘਰਦਿਆਂ ਨੂੰ ਬਹੁਤ ਸੋਹਣਾ ਕਿਰਾਇਆ ਆਉਂਦਾ ਹੋਇਆ, ਛੱਡ ਕੇ ਇੱਥੋਂ ਕੈਨੇਡਾ ਗਏ। ਕਿਉਂ? ਕਿਉਂਕਿ ਉਹ ਕੁਛ ਆਪੇ ਕਰਨਾ ਚਾਹੁੰਦੇ ਸੀ। ਕਿੰਨੀ ਦੇਰ ਤੱਕ ਉਹ ਆਪਣੇ ਮਾਂ ਪਿਓ ਤੋਂ ਪੈਸੇ ਮੰਗਦੇ ਰਹਿੰਦੇ, ਕਦ ਤੱਕ ਪੈਸੇ ਮੰਗਦੇ ਰਹਿੰਦੇ, ਉਹ ਆਪੇ ਕਰਨਾ ਚਾਹੁੰਦੇ ਸੀ। ਜਿਹੜੇ ਬੰਦੇ ਨੇ ਕਦੀ ਕੋਈ ਕੰਮ ਨਹੀਂ ਕੀਤਾ, ਉਹ ਬੰਦੇ ਨੇ ਉੱਥੇ ਜਾ ਕੇ ਸ਼ਿਫਟਾਂ ਲਾਈਆਂ 35-40 ਸਾਲ ਦੀ ਉਮਰ 'ਚ। ਕਿਉਂ? ਕਿਉਂਕਿ ਜਦੋਂ ਉਹਨੇ ਆਪਣਾ ਪੈਸਾ ਕਮਾਇਆ, ਜੋ ਉਹਦਾ ਮਜ਼ਾ ਆਇਆ ਉਹਨੂੰ, ਉਹ ਮਜ਼ਾ ਇੱਥੇ ਰਹਿ ਕੇ ਨਹੀਂ ਮਿਲ ਸਕਦਾ ਸੀ, ਕਿਉਂਕਿ ਉਹ ਆਪਣੇ ਪੇਰੈਂਟਸ 'ਤੇ ਡਿਪੈਂਡੈਂਟ ਹੈ। ਸੋ ਸਟੂਡੈਂਟ, ਹਰ ਕਿਸੇ ਦਾ ਇੱਕ ਤਰੀਕਾ ਹੁੰਦਾ ਸੋਚਣ ਦਾ, ਹਰ ਕਿਸੇ ਦੀ ਇੱਕ ਸੋਚ ਹੁੰਦੀ ਹੈ। ਜੇ ਤੁਸੀਂ ਇੰਡੀਆ 'ਚ ਆਪਣੇ ਪੇਰੈਂਟਸ ਦੇ ਨਾਲ ਰਹਿਣਾ ਚਾਹੁੰਦੇ ਹੋ, ਤੁਸੀਂ ਉੱਥੇ ਜਾ ਕੇ ਨਹੀਂ ਹਾਰਡਸ਼ਿਪਸ ਦੇਖਣਾ ਚਾਹੁੰਦੇ, ਤਾਂ ਤੁਹਾਡੇ ਵਾਸਤੇ ਕੋਈ ਵੀ ਫੋਰਨ ਕੰਟਰੀ ਨਹੀਂ ਬਣਿਆ। ਤੁਸੀਂ ਇੰਡੀਆ 'ਚ ਹੀ ਰਹੋ, ਆਪਣੇ ਪੇਰੈਂਟਸ ਦਾ ਜਾਂ ਤਾਂ ਬਿਜ਼ਨਸ ਸੰਭਾਲੋ, ਜਾਂ ਆਪਣੇ ਪੇਰੈਂਟਸ ਦੇ ਨਾਲ ਰਹੋ, ਕੰਫਰਟ ਲੈਵਲ 'ਚ ਰਹੋ। ਕਿਉਂ? ਆਪਾਂ ਹਾਰਡਸ਼ਿਪਸ ਦੇਖਣਾ ਚਾਹੁੰਦੇ ਹਾਂ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਦੁਨੀਆ ਦੇਖਣਾ ਚਾਹੁੰਦੇ ਹੋ, ਹਾਰਡਸ਼ਿਪਸ ਦੇਖਣਾ ਚਾਹੁੰਦੇ ਹੋ, ਕੁਛ ਸਿੱਖਣਾ ਚਾਹੁੰਦੇ ਹੋ, ਮਲਟੀਕਲਚਰਲ ਇਨਵਾਇਰਮੈਂਟ 'ਚ ਰਹਿਣਾ ਚਾਹੁੰਦੇ ਹੋ, ਘੁੰਮਣਾ ਚਾਹੁੰਦੇ ਹੋ ਔਰ ਵੱਖ ਵੱਖ ਦੇਸ਼ਾਂ ਦਾ ਫੂਡ ਟਰਾਈ ਕਰਨਾ ਚਾਹੁੰਦੇ ਹੋ, ਬੋਟਿੰਗ ਕਰਨਾ ਚਾਹੁੰਦੇ ਹੋ, ਹਾਈਕਿੰਗ ਕਰਨਾ ਚਾਹੁੰਦੇ ਹੋ, ਟ੍ਰੈਕਿੰਗ ਕਰਨਾ ਚਾਹੁੰਦੇ ਹੋ, ਸਕੀਇੰਗ ਦੇਖਣਾ ਚਾਹੁੰਦੇ ਹੋ, ਮਤਲਬ ਇੰਨਾ ਕੁਛ ਹੈ ਕਰਨ ਨੂੰ ਜੋ ਤੁਸੀਂ ਇੱਥੇ ਰਹਿ ਕੇ ਨਹੀਂ ਕਰ ਸਕਦੇ, ਗੋਲਫ ਖੇਡਣਾ ਚਾਹੁੰਦੇ ਹੋ, ਤਾਂ ਤੁਸੀਂ ਬਾਹਰ ਜਾਓ। ਅਦਰਵਾਈਜ਼ ਇੰਡੀਆ ਇਜ਼ ਵੈਰੀ ਗੁੱਡ ਕੰਟਰੀ, ਕਿਉਂਕਿ ਸਾਨੂੰ ਇੱਥੇ ਬਹੁਤ ਸਾਰੇ ਕੰਫਰਟ ਹੈਗੇ ਆ, ਕਿਉਂਕਿ ਇੱਥੇ ਨੋਰਮਲੀ, ਕਿਉਂਕਿ ਪੋਪੂਲਸ ਕੰਟਰੀ ਹੈਗੀ ਆ। ਅਸੀਂ ਦੇਖੋ, ਉਹ ਹੈਗਾ ਜਿਹਨੂੰ ਅਸੀਂ ਕਹਿੰਦੇ ਕੈਪੀਟਲਿਸਟ ਕੰਟਰੀ, ਕਿਉਂਕਿ ਉਹ ਕੈਪੀਟਲਿਸਟ ਕੰਟਰੀ ਹੈ, ਜੋ ਆਪਾਂ ਕਮਾਉਂਦੇ ਹਾਂ ਉਹ ਉੱਥੇ ਖਰਚ ਕਰ ਦਿੰਦੇ ਹਾਂ। ਇੰਡੀਆ ਹਾਲੇ ਕੈਪੀਟਲਿਸਟ ਨਹੀਂ ਬਣ ਜਾਏਗਾ ਆਉਣ ਵਾਲੇ ਸਾਲਾਂ 'ਚ, ਕਿਉਂਕਿ ਇੱਥੇ ਵੀ ਅਸੀਂ ਜੋ ਕਮਾ ਰਹੇ ਹਾਂ ਅਸੀਂ ਖਰਚ ਕਰਨ ਲੱਗ ਗਏ ਹਾਂ, ਵਾਪਸ ਲੈਣ ਦੀ ਸਰਕਾਰ ਸਾਡੇ ਤੋਂ, ਟੈਕਸ ਦੇ ਰੂਪ 'ਚ ਬਹੁਤ ਕੁਛ ਲੈ ਲੈਂਦੀ ਹੈ, ਗੱਡੀ ਫਾਈਨੈਂਸ ਕਰਾਈ ਉਹ ਵੀ ਸਰਕਾਰ ਕੋਲ ਪੈਸਾ ਜਾ ਰਿਹਾ, ਘਰ ਲੋਨ ਕਰਾਇਆ ਉਹ ਵੀ ਸਰਕਾਰ ਕੋਲ ਪੈਸਾ ਚਲਾ ਰਿਹਾ। ਸੋ ਇਹ ਕੈਪੀਟਲਿਸਟ ਦੇਸ਼ ਕੈਨੇਡਾ ਨੂੰ ਅਸੀਂ ਕਿਹਾ ਜਾਂਦਾ, ਬਟ ਜਿਹੜਾ ਤੁਸੀਂ ਘਰ ਲਿਆ ਉਹਦੀ ਕੁਆਲਿਟੀ ਆਫ ਲਾਈਫ ਬਹੁਤ ਉੱਤੇ ਹੈ, ਜਿਹੜੀ ਤੁਸੀਂ ਗੱਡੀ ਲਈ ਹੈ ਉਹ ਕੁਆਲਿਟੀ ਆਫ ਲਾਈਫ ਦੇ ਸਟੈਂਡਰਡ ਤੋਂ ਬਹੁਤ ਉੱਤੇ ਹੈ, ਜੋ ਤੁਸੀਂ ਇੱਥੇ ਆਪਣਾ ਲਾਈਫ ਸਟਾਈਲ ਮੇਨਟੇਨ ਕਰ ਰਹੇ ਹੋ ਬਹੁਤ ਉੱਤੇ ਹੈਗਾ। ਜਿਹੜੀ ਸੜਕਾਂ 'ਤੇ ਤੁਸੀਂ ਗੱਡੀ ਚਲਾ ਰਹੇ ਹੋ, ਉੱਦਾਂ ਦੀਆਂ ਸੜਕਾਂ ਇੰਡੀਆ 'ਚ ਬਣਦਿਆਂ ਹਾਲੇ ਸ਼ਾਇਦ ਪਤਾ ਨਹੀਂ 25 ਸਾਲ ਲੱਗ ਜਾਣੇ ਆ, ਜਾਂ ਬੰਨੀਆਂ ਵੀ ਨਹੀਂ ਬੰਨੀਆਂ, ਕਿਉਂਕਿ ਮੇਰੀ ਤਾਂ ਅੱਧੀ ਉਮਰ ਨਿਕਲ ਗਈ, ਜਾਂ ਤੁਹਾਡੀ ਵੀ ਨਿਕਲ ਗਈ ਸਰ, ਹਾਲੇ ਵੀ ਸੜਕਾਂ ਨਹੀਂ ਬਣ ਪਾਈਆਂ ਆਪਣੀਆਂ, ਠੀਕ ਹੈ। ਸੋ ਆਪਣੇ ਦੇਸ਼ 'ਚ ਤਾਂ ਸੜਕਾਂ ਹੀ ਨਹੀਂ ਬਣਾ ਪਾਏ, ਮੈਨੂੰ ਇਹ ਨਹੀਂ ਪਤਾ ਕਿ ਅੱਗੇ ਹੋਰ ਕੀ ਦੇਣਗੇ ਆਪਣਿਆਂ ਨੂੰ। ਸੋ ਸਟੂਡੈਂਟਸ, ਇਹ ਇੱਕ ਮਾਈਂਡਸੈਟ ਹੈ, ਇੱਕ ਸੋਚ ਹੈ ਜਿਹੜੀ ਸਾਨੂੰ ਬਦਲਣੀ ਪਏਗੀ। ਕਿ ਸਵਾਲ ਤਾਂ ਸਾਡਾ ਇਹ ਸੀ ਕਿਹੜੇ ਬੱਚੇ ਸੈੱਟ ਹੋਣਗੇ, ਕਿਹੜੇ ਨਹੀਂ ਹੋਣਗੇ, ਮਾਈਂਡਸੈਟ ਜਿਨ੍ਹਾਂ ਦਾ ਹੋਏਗਾ ਕਿ ਮੈਂ ਉੱਥੇ ਜਾ ਕੇ ਕੁਛ ਕਰਨਾ ਚਾਹੁੰਦਾ, ਉਹ ਸਾਰੇ ਸੈੱਟ ਹੋ ਜਾਣਗੇ। ਜਿਹੜੇ ਇਸ ਮਾਈਂਡਸੈਟ ਨਾਲ ਜਾਣਗੇ ਕਿ ਮੈਂ ਇੱਦਾਂ ਦੀ ਰੀਲਾਂ ਦੇਖ ਕੇ ਆਇਆ ਕਿ ਇੱਥੇ ਕੰਮ ਨਹੀਂ ਹੈਗਾ, ਔਰ ਮੈਂ ਪਤਾ ਨਹੀਂ ਗਲਤੀ ਨਾਲ ਇੱਥੇ ਆ ਗਿਆ, ਉਹ ਬੱਚੇ ਕਦੇ ਵੀ ਨਹੀਂ ਉੱਥੇ ਸੈੱਟ ਹੋ ਪਾਉਣਗੇ, ਇੱਕ ਮਾਈਂਡ ਸੈੱਟ। ਸੋ ਉਹ ਬੱਚੇ ਨਾ ਇੱਥੇ ਵੀ ਸੈੱਟ ਹੋ ਪਾਉਂਦੇ। ਬਿਲਕੁਲ। ਸੋ ਇੱਥੇ ਵੀ ਤਾਂ ਸਰ ਬਹੁਤ ਓਪਰਚੁਨਿਟੀ, ਆਪਾਂ ਕਿਉਂ ਬਾਹਰ ਜਾ ਰਹੇ ਹਾਂ, ਇੱਥੇ ਵੀ ਤਾਂ ਆਪਾਂ ਪੈਸੇ ਕਮਾ ਸਕਦੇ ਹਾਂ, ਇੱਥੇ ਵੀ ਬਹੁਤ ਓਪਰਚੁਨਿਟੀ ਹੈ, ਇੱਥੇ ਵੀ ਪੈਸੇ ਕਮਾ ਸਕਦੇ ਹਾਂ, ਤੁਸੀਂ ਕੰਮ ਕਰ ਸਕਦੇ ਹੋ, ਕੁਛ ਵੀ ਕਰ ਸਕਦੇ ਹੋ, ਤੁਸੀਂ ਇੱਕ ਲਿਮਿਟਡ ਖਰਚੇ ਦੇ ਅੰਦਰ ਤੁਸੀਂ ਇੰਡੀਆ 'ਚ ਵੀ ਰਹਿ ਸਕਦੇ ਹੋ, ਤੁਸੀਂ ਕਿਉਂ ਬਾਹਰ ਜਾ ਰਹੇ? ਕਿਉਂਕਿ ਬਾਹਰ ਜਾ ਕੇ ਅਸੀਂ ਸੋਚਦੇ ਹਾਂ ਕਿ ਅਸੀਂ ਇੱਕ ਵਧੀਆ ਸੈਟਲ ਹੋਈਏ, ਆਪਣੇ ਮਾਂ ਪਿਓ ਨੂੰ ਸਪੋਰਟ ਕਰੀਏ, ਔਰ ਸਪੋਰਟ ਕੀਤਾ ਵੀ ਹੈ। ਅੱਜ ਦੇ ਡੇਟ 'ਚ ਪਿੰਡਾਂ 'ਚ ਜਿੰਨੀਆਂ ਵੱਡੀਆਂ ਵੱਡੀਆਂ ਕੋਠੀਆਂ ਹੈਗੀਆਂ, ਮੈਨੂੰ ਲੱਗਦਾ ਉਹ ਸਾਰੇ ਬੱਚੇ ਬਾਹਰ ਗਏ, ਜਾਂ ਕੋਈ ਨਾ ਕੋਈ ਉਹਨਾਂ ਦੇ ਖਾਨਦਾਨ 'ਚੋਂ ਬਾਹਰ ਗਿਆ, ਔਰ ਉਹਨੇ ਪੈਸਾ ਭੇਜਿਆ, ਉਹ ਕੋਠੀਆਂ ਬਣੀਆਂ। ਜ਼ਿਆਦਾਤਰ ਜਿਹੜੇ ਵੱਡੇ ਜ਼ਮੀਨਦਾਰ ਹੈ,
ਉਹਨਾਂ ਦੇ ਬੱਚੇ ਵੀ ਬਾਹਰ ਪੜ੍ਹਦੇ ਆ, ਜ਼ਿਆਦਾਤਰ ਜਿੰਨੇ ਵੱਡੇ ਬਿਊਰੋਕਰੈਟਸ ਹੈ ਉਹਨਾਂ ਸਾਰਿਆਂ ਦੇ ਬੱਚੇ ਵੀ ਬਾਹਰ ਹੀ ਹੈ। ਅੱਜ ਜ਼ਰੂਰ ਇੱਕ ਨਾਰਾ ਲਾ ਰਹੇ, ਜਿੰਨੇ ਪੋਲੀਟੀਸ਼ੀਅਨ ਹੈਗੇ ਹੈ ਉਹਨਾਂ ਦੇ ਬੱਚੇ ਵੀ ਸਾਰੇ ਬਾਹਰ ਪੜ੍ਹਦੇ ਪਏ ਹੈ। ਫਿਰ ਜੇ ਉਹ ਸਾਰੇ ਜਿਹੜੇ ਇੰਨੇ ਪੜ੍ਹੇ ਲਿਖੇ ਉੱਤੇ ਲੈਵਲ 'ਤੇ ਪਹੁੰਚ ਕੇ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਪੜ੍ਹਨ, ਫਿਰ ਕੋਈ ਤਾਂ ਗੱਲ ਹੋਣੀ ਹੈ। ਸੋ ਕੋਈ ਚੀਜ਼ ਤਾਂ ਸਿੱਖਣ ਨੂੰ ਮਿਲਦੀ ਹੋਣੀ ਹੈ, ਔਰ ਜੋ ਸਿੱਖ ਹੈ ਉਹ ਇੱਥੇ ਘਰ ਰਹਿ ਕੇ ਨਹੀਂ ਮਿਲ ਪਾਣੀ। ਬਿਲਕੁਲ ਸਹੀ ਗੱਲ ਹੈ ਜੀ। ਸੋ ਹੁਣ ਵਿਦਿਆਰਥੀ ਇਹ ਤੈਅ ਕਰਨ ਕਿ ਉਹਨਾਂ ਨੇ ਜ਼ਿੰਦਗੀ ਅੱਗੇ ਕਿਵੇਂ ਵਧਾਉਣੀ ਹੈ, ਔਰ ਜਿਹੜੇ ਸਕਸੈਸਫੁਲ ਵਿਦਿਆਰਥੀ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਨਾਲ ਵੀ ਜ਼ਰੂਰ ਵਿਦਿਆਰਥੀ ਆਪਣਾ ਰਾਬਤਾ ਬਣਾਉਣ, ਕਿਉਂਕਿ ਇੱਕ ਕਹਾਵਤ ਹੈ ਜੈਸੀ ਸੰਗਤ ਵੈਸੀ ਰੰਗਤ। ਸੋ ਅਗਰ ਤੁਸੀਂ ਕੰਮ ਕਰਨ ਵਾਲੇ ਮਿਹਨਤੀ ਵਿਦਿਆਰਥੀਆਂ ਦੀ ਸੰਗਤ 'ਚ ਰਹੋਗੇ ਤਾਂ ਜ਼ਰੂਰ ਤੁਸੀਂ ਵੀ ਕੰਮ ਕਰਨਾ ਸਿੱਖੋਗੇ, ਕਿਉਂਕਿ ਮੈਂ ਇੰਡੀਆ ਦਾ ਤਜਰਬਾ ਪਾਟੀਆ ਸਾਹਿਬ ਦੇਖਦਾ, ਅਸੀਂ ਅਗਰ ਰੱਦੀ ਵੀ ਚੁਕਾਉਣੀ ਹੋਵੇ ਅਤੇ ਅਖਬਾਰ ਵਾਲਾ ਰੱਦੀ ਵਾਲਾ ਅਖਬਾਰ ਵੀ ਲੈ ਕੇ ਜਾਂਦਾ ਅਤੇ ਸਾਨੂੰ ਤੋਲ ਕੇ ਕਿਲੋ ਦੇ ਹਿਸਾਬ ਨਾਲ ਪੈਸੇ ਵੀ ਦੇ ਕੇ ਜਾਂਦਾ। ਅਤੇ ਮੈਨੂੰ ਪਤਾ ਲੱਗਿਆ ਕਿ ਜੇ ਕੈਨੇਡਾ 'ਚ ਕਿਸੇ ਨੇ ਰੱਦੀ ਦੇਣੀ ਹੋਵੇ ਤਾਂ ਪੈਸੇ ਦੇਣੇ ਪੈਂਦੇ, ਵੀ ਭਾਈ ਸਾਡੀ ਰੱਦੀ ਵੀ ਲੈ ਜਾ ਅਤੇ ਆਹ ਲੈਣ ਨਾਲ ਪੈਸੇ ਵੀ ਲੈ ਜਾ। ਸੋ ਇਸ ਕਰਕੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਬਹੁਤ ਤਰ੍ਹਾਂ ਦੇ ਕੰਮ ਨੇ, ਪਰ ਸਾਡੇ ਵਿਦਿਆਰਥੀ ਬਹੁਤ ਸਾਰੇ ਕੰਮਾਂ ਵੱਲ ਜਾਂਦੇ ਨਹੀਂ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਔਰ ਵਿਦਿਆਰਥੀ ਜੀਵਨ ਦੇ ਵਿੱਚ ਤੁਸੀਂ ਸਧਾਰਨ ਕੰਮਾਂ ਤੋਂ ਆਪਣੀ ਜ਼ਿੰਦਗੀ ਨੂੰ ਬਹੁਤ ਵੱਡੇ ਮੁਕਾਮ ਤੱਕ ਲਿਜਾ ਸਕਦੇ ਹੋ। ਸੋ ਇਸ ਕਰਕੇ ਹਰ ਰੋਜ਼ ਜਦੋਂ ਵੀਡੀਓਜ਼ ਆਉਂਦੀਆਂ ਨੇ ਅਤੇ ਨਵੀਂ ਨਵੀਂ ਤਰ੍ਹਾਂ ਦੀ ਜਿਹੜੀ ਜਾਣਕਾਰੀ ਆਉਂਦੀ ਹੈ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਐਜੂਕੇਸ਼ਨ ਚੈਨਲ ਹੋਣ ਦੇ ਨਾਤੇ ਸਟੂਡੈਂਟਸ ਨੂੰ ਹਰ ਪੱਖ ਤੋਂ ਵਾਕਫ ਕਰਾਇਆ ਜਾਵੇ। ਸੋ ਸਪਟੰਬਰ ਔਰ ਜਨਵਰੀ ਇਨਟੇਕ ਲਈ ਹਜੇ ਵੀ ਵਿਦਿਆਰਥੀ ਅਪਲਾਈ ਕਰ ਰਹੇ ਨੇ 90413 90412, ਔਰ ਕੈਨੇਡਾ ਲਈ ਜ਼ਰੂਰ ਭਾਟੀਆ ਜੀ ਨੂੰ ਇੱਕ ਵਾਰੀ ਆ ਕੇ ਮਿਲੋ।